ਕੁੱਟਿਆ ਨੇ ਮਾਰਿਆ ਨੇ ਇਹਨਾਂ ਨੂੰ ਬਹੁਤ ਅਨਕਾਰ ਹੈਗਾ। ਅੱਜ ਹੀ ਇਸ ਨੌਜਵਾਨ ਨੂੰ ਸਰਕਾਰੀ ਨੌਕਰੀ ਦੇ ਲਈ ਫੋਨ ਆਇਆ ਤਾਂ ਅੱਜ ਹੀ ਇਸ ਦੀ ਮੌਤ ਹੋ ਗਈ। ਦੱਸਦੇ ਕਿ ਕੁਝ ਦਿਨ ਪਹਿਲਾਂ ਕੁਝ ਅਨਸਰਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਤੇ ਹਮਲਾ ਕੀਤਾ ਗਿਆ ਸੀ ਔਰ ਇਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਸੀ ਤਾਂ ਅੱਜ ਇਸ ਨੇ ਦਮ ਤੋੜ ਦਿੱਤਾ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ ਔਰ ਮੌਤ ਤੋਂ ਬਾਅਦ ਸਰਕਾਰੀ ਨੌਕਰੀ ਦੇ ਲਈ ਫੋਨ ਆਇਆ ਤਾਂ ਇਸ ਨੌਜਵਾਨ ਨੂੰ ਅਧਿਆਪਕ ਦੀ ਨੌਕਰੀ ਮਿਲ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਨੇ ਦਮ ਤੋੜ ਦਿੱਤਾ। ਫਾਜ਼ਿਲਕਾ ਦੀ ਰੇਤੇ ਵਾਲੀ ਭੈਣੀ ਦਾ ਇਹ ਨੌਜਵਾਨ ਹੈ ਜਿਸ ਦਾ ਕਤਲ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ 31 ਜਨਵਰੀ ਨੂੰ ਫਾਜ਼ਿਲਕਾ ਦੇ ਵਿੱਚ ਕੁਝ ਨੌਜਵਾਨਾਂ ਦੇ ਨਾਲ ਝਗੜਾ ਹੋਇਆ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਾਜ਼ਿਲਕਾ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਹੁੰਦੀ ਦੇਖ ਸ਼੍ਰੀਨਗਰ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਅੱਜ ਤੜਕਸਾਰ ਉਸਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪੜ੍ਹਿਆ ਲਿਖਿਆ ਸੀ ਤੇ ਵੱਖ ਵੱਖ ਥਾਵਾਂ ਤੇ ਨੌਕਰੀ ਦੇ ਲਈ ਅਪਲਾਈ ਕੀਤਾ ਹੋਇਆ ਸੀ। ਅੱਜ ਮੌਤ ਤੋਂ ਬਾਅਦ ਉਸਦੀ ਸਰਕਾਰੀ ਨੌਕਰੀ ਲੱਗਣ ਦਾ ਵੀ ਫੋਨ ਆਇਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦਾ ਬੇਟਾ ਇਸ ਤੋਂ ਪਹਿਲਾਂ ਫਾਜ਼ਿਲਕਾ ਵਿਖੇ ਇੱਕ ਦੁਕਾਨ ਤੇ ਕੰਮ ਕਰਦਾ ਸੀ ਜਿੱਥੇ ਕਈ ਨੌਜਵਾਨਾਂ ਨੇ ਮਿਲ ਕੇ ਉਸ ਤੇ ਹਮਲਾ ਕਰਦਿਆਂ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਹਮਲਾਵਰਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ ਜਿਨ੍ਹਾਂ ਨਾਲ ਉਸਦੀ ਕੁੱਟਮਾਰ ਕੀਤੀ ਗਈ ਔਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਅੱਜ ਨੌਜਵਾਨ ਨੇ ਦਮ ਤੋੜ ਦਿੱਤਾ। ਹਾਲਾਂਕਿ ਪੁਲਿਸ ਨੇ 1 ਦਰਜਨ ਤੋਂ ਵੱਧ ਅਨਸਰਾਂ ਦੇ ਖਿਲਾਫ 302 ਦਾ ਮੁਕੱਦਮਾ ਦਰਜ ਕਰ ਲਿਆ। ਉਹਨਾਂ ਦੱਸਿਆ ਕਿ ਕੁਛ ਸਮਾਂ ਪਹਿਲਾਂ ਪਿੰਡ ਦੇ ਵਿੱਚ ਰਾਹ ਨੂੰ ਲੈ ਕੇ ਵਿਅਕਤੀਆਂ ਦੇ ਨਾਲ ਝਗੜਾ ਹੋਇਆ ਸੀ ਜਿਨ੍ਹਾਂ ਨੇ ਪੁਰਾਣੀ ਕਿੜ ਕੱਢੀ ਔਰ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਔਰ ਅੱਜ ਹੀ ਇਸ ਨੂੰ ਸਰਕਾਰੀ ਨੌਕਰੀ ਦੇ ਲਈ ਫੋਨ ਆਇਆ ਸੀ। ਮਾਮਲਾ ਕੋਈ ਨਹੀਂ, ਮੇਰਾ ਪੁੱਤਰ ਦੁਕਾਨ ਤੇ ਲੱਗਿਆ ਹੈ, ਮੇਰਾ ਪੁੱਤਰ ਦੁਕਾਨ ਤੇ ਲੱਗਿਆ, ਉਹਨੂੰ ਪਹਿਲਾਂ ਵਾਹ ਚੁੱਕ ਕੀਤੀ ਹੈ ਤੇ ਉਹਨਾਂ ਨੇ ਦੁਕਾਨ ਤੇ ਮੁੰਡਾ ਨਾਲ ਇੱਕ ਹੋਰ ਲੱਗਿਆ ਸੀ, ਉਹਨੇ ਫੋਨ ਕੀਤਾ ਕਿ ਤੇਰੇ ਭਰਾ ਨੂੰ ਮਾਰ ਗਏ, ਵੱਢ ਗਏ ਸੀ, ਆਪਾਂ ਦਾਖਲ ਕਰਾਈ ਚੱਲ ਕੇ। ਹੁਣ ਮੇਰਾ ਪੁੱਤਰ ਤੇ ਮੁਖਤਾਰ ਸਿੰਘ ਐਸੇ ਦੀ ਕੁੜੀ ਦਾ ਵਿਆਹ ਸੀ, ਉੱਥੇ ਆਏ ਸੀ, ਉੱਥੋਂ ਚੱਸ ਭੱਜੇ ਸਿਆਲ ਗੁੰਮਦਾ, ਫਿਰ ਉਹਨਾਂ ਨੇ ਲਾ ਕੇ ਮਾਰਤਾ, ਰਸਤੇ ਦੇ ਵਿੱਚ ਲੁੱਕ ਤੇ ਬੈਠੇ ਸੀ, ਉੱਥੇ ਪਤਾ ਸੀ ਵੀ ਇਹ ਤਾਂ ਪੈਲਸ ਦੇ ਵਿੱਚ ਆਏ ਹੋਏ ਮਾਰਨ ਗਏ, ਇਹਨਾਂ ਮਾਰਤਾ ਵੱਢਦਾ, 15-20 ਬੰਦੇ ਸੀ, ਚੇਅਰਮੈਨ ਜਿਹੜਾ ਬਣਿਆ ਸੀ ਸਾਰਾ ਮੇਰਾ, ਉਹਨੇ ਕੁਰਬਾਨ ਉੱਥੇ ਕੁਰਬਾਨਾਂ ਦੇ ਵਾਰ ਕੀਤੇ ਮੇਰੇ ਪੁੱਤਰ ਦੇ, ਹਜੇ ਮੇਰੇ ਪੁੱਤਰ ਕੋਈ ਨੌਕਰੀ ਲੱਗ ਮਿਲੀ ਸੀਗੀ ਉਹਨੂੰ ਜੀ, ਕੋਈ ਮੇਰੇ ਨੌਕਰੀ ਵੀ ਪੰਜਾਬ ਪੁਲਿਸ ਦੇ ਵਿੱਚ, ਅੱਜ ਸਵੇਰੇ ਫੋਨ ਆ ਗਿਆ ਸੀ, ਕਹਿੰਦਾ ਆ ਫੋਨ ਮਾਸਟਰ ਚੰਡੀਗੜ੍ਹੋਂ ਫੋਨ ਆ ਗਿਆ ਵੀ ਪੁੱਤਰ ਅੱਜ ਆ ਜਾ, ਸੀਟ ਪੱਕੀ ਹੋ ਗਈ ਹੈ, 3 ਸੀਟ ਪੱਕੀ ਆ ਗਿਆ, ਕਿਸ ਚੀਜ਼ ਦੀ ਨੌਕਰੀ ਮਿਲਣੀ ਸੀ ਮਾਸਟਰੀ ਦੀ ਸੀ, ਇਹ ਡੈਡਕਲੀ ਡੈਡ ਗਿਆ ਸੀ ਮੇਰਾ ਪੁੱਤਰ, ਇੱਕ ਇੱਧਰੋਂ ਬੀ ਐਸ ਐਫ ਦੇ ਰੇਲਵੇ ਦੇ ਕਲੀਅਰ ਕਰ ਗਿਆ ਮੇਰਾ ਪੁੱਤਰ। ਅੱਜ ਕਿੰਨਾ ਫੋਨ ਆਇਆ ਸੀ, ਅੱਜ ਸਵੇਰੇ ਚੰਡੀਗੜ੍ਹ ਫੋਨ ਆਇਆ ਸੀ, ਅੱਜ ਚੰਡੀਗੜ੍ਹ ਫੋਨ ਆਇਆ ਸੀ, ਮੇਰਾ ਪੁੱਤਰ ਮੇਰਾ ਪੁੱਤਰ ਲੁੱਟਿਆ ਗਿਆ, ਮੇਰਾ ਪੁੱਤਰ ਲੁੱਟਿਆ ਗਿਆ, ਮੈਂ ਕੀ ਕਰ ਸਕਦਾ। ਸਤਿੰਦਰ ਸਿੰਘ ਕੀ ਕੰਮ ਕਰਦਾ ਸੀਗਾ ਜੀ? ਇਹ ਵੀਰੇ ਸਟੱਡੀ ਕਰਦਾ ਸੀਗਾ। ਅੱਛਾ, ਕਿੰਨਾ ਉਮਰ ਕਿੰਨੀ ਸੀਗੀ? 22 ਸਾਲ। ਅੱਛਾ, ਕਿਹੜੇ ਪਿੰਡ ਦਾ ਸੀਗਾ? ਰੇਤੇ ਵਾਲੀ ਪੈਣੀ, ਬ੍ਰਦਰ ਹੈ ਮੇਰਾ। ਕੀ ਮਾਮਲਾ ਕੀ ਹੋਇਆ ਜੀ? ਮਾਮਲਾ ਵੀਰੇ ਕੋਈ ਨਹੀਂ ਸੀਗਾ, ਪਹਿਲਾਂ ਸਾਡੀ ਲੜਾਈ ਹੋਈ ਸੀ ਜੀ, ਉਹਦਾ ਰਾਜੀਨਾਮਾ ਹੋ ਗਿਆ ਸੀਗਾ, ਠੀਕ ਹੈ,
ਤੇ ਅਸੀਂ ਤਾਂ ਆਪਦੇ ਕੰਮ ਕਰ ਲੱਗੇ ਹੋਏ ਸੀ, ਠੀਕ ਹੈ। ਮੁੰਡਾ ਦੂਸਰਾ ਲੱਗਿਆ ਦੁਕਾਨ 'ਤੇ, ਸਰਬਜੀਤ ਸਿੰਘ ਜੀ, ਅਤੇ ਇਹ ਜਿਹੜੇ ਕਰਨ ਏਜੰਟ ਜਿਹੜੇ ਬਦਮਾਸ਼ ਬਣੇ ਨੇ ਫਾਜ਼ਿਲਕਾ ਦੇ, ਅਤੇ ਇਹ ਵਾਲੇ ਆਪਣੇ ਉੱਥੇ ਉਹਨੂੰ ਕੁੱਟਦੇ ਪਏ ਸੀਗੇ, ਦੁਕਾਨ ਤੋਂ ਬਾਹਰ ਖਿੱਚ ਕੇ ਮੁਲਜ਼ਮਾਂ ਨੂੰ ਫਾਟਕ ਮੋਟਰਾਂ ਚੜਾਉਂਦੇ ਸੀਗੇ, ਅਤੇ ਨਾਲ ਦੇ ਮੁੰਡੇ ਨੇ ਕਿਹਾ, ਫੋਨ ਕੀਤਾ ਸੀ ਇਹਨਾਂ ਨੂੰ, ਇਹ ਹੈਗੇ ਸੀ ਉੱਥੇ ਆਪਣੇ ਵਿਆਹ 'ਤੇ ਅੰਮ੍ਰਿਤ ਪੈਲਸ ਕੋਲ, ਅਤੇ ਇਸ ਤਰ੍ਹਾਂ ਵੀ ਤੁਹਾਡੇ ਬ੍ਰਦਰ ਨੂੰ ਕੁੱਟ ਗਏ, ਇਹ ਛਡਾ ਉਹ ਮਤਲਬ ਛੋਟੇ ਤੱਕ ਹੈ ਛੱਡ ਕੇ ਭੱਜ ਗਏ, ਜਦੋਂ ਆਉਂਦੇ ਪਏ ਸੀ ਰਸਤੇ 'ਚ ਇਹਨਾਂ ਨੂੰ ਵਾਲਿਆ ਹੋਸਪਿਟਲ ਲਈ ਦਾਖਲ ਕਰਾਉਣ ਲਈ ਆਉਂਦੇ ਪਏ ਸੀਗੇ ਜੀ, ਅਤੇ ਜਤਿੰਦਰ ਸਿੰਘ ਨੂੰ ਅਤੇ ਆ ਸੁਨੀਲ ਸਿੰਘ ਨੂੰ ਬੜੀ ਸੱਟਾਂ ਉਹਨਾਂ ਨੇ ਮਾਰੀਆਂ ਨੇ, ਅਤੇ ਇੱਥੋਂ ਫਿਰ ਫਰੀਦਕੋਟ ਰੈਫਰ ਕੀਤਾ, ਫਰੀਦਕੋਟ ਫਿਰ ਉਹਨਾਂ ਗੰਗਾਨਗਰ ਭੇਜਤਾ ਜੀ। ਇਹ ਕਦੋਂ ਦੀ ਵਾਰਦਾਤ ਕਦੋਂ ਦੀ ਹੈ ਜੀ? ਇਹ 31 ਤਰੀਕ ਨੂੰ ਸ਼ਾਮ ਨੂੰ 5 ਵਜੇ ਦੀ ਆ। ਅਤੇ ਮੌਤ ਕਦੋਂ ਹੋਈ ਹੈ ਜੀ? ਮੌਤ ਅੱਜ ਸਵੇਰੇ 5 ਵਜੇ। ਅਤੇ ਵਜ੍ਹਾ ਰੰਜਿਸ਼ ਕੀ ਸੀਗੀ ਜੀ? ਵਜ੍ਹਾ ਰੰਜਿਸ਼ ਪਹਿਲਾਂ ਦੱਸੀ ਜਾਣਾ ਵੀ ਪਹਿਲਾਂ ਰੌਲਾ ਚੱਲਦਾ ਸੀਗਾ, ਕਿਸ ਚੀਜ਼ ਦਾ? ਕਿਸ ਰਾਹ ਦਾ ਸੀਗਾ ਰੌਲਾ? ਅੱਛਾ, ਹਾਂਜੀ, ਰੰਜਿਸ਼ ਇਹ ਸੀ, ਰੰਜਿਸ਼ ਕੋਈ ਨਹੀਂ ਸੀ। ਕੋਈ ਸੁਣਦਾ ਨਹੀਂ ਹੈਗਾ, ਗੁੰਡਾ ਕਰਦੀ ਵਧੀ ਕੜੀ ਹੈ ਅੱਜ ਜੋਗੀ ਉਹਦਾ ਪੰਜਾਬ ਵਿੱਚ, ਤੇ ਇਹਨਾਂ ਨੂੰ ਨਾਲ ਨਾਲ ਕੌਂਟਰ ਕਰ ਲੈਣੀ ਇਹਨਾਂ ਦਾ, ਗੁੰਡਿਆਂ ਦਾ, ਗੁੰਡੇ ਖਾ ਗਏ, ਆਪਣਾ ਪਰਮਜੀਤ ਦਾ ਵਿਆਹ ਨਾ ਰੱਖਿਆ ਸੀ, ਬਾਹਰ ਨਿੱਕਾ ਜਵਾਕ ਲੱਗਾ ਨੌਕਰੀ, ਇੱਕ ਤਾਂ ਝੋਨਾ ਵੀ ਡੁੱਬ ਗਿਆ, ਸੜਕ ਡੁੱਬ ਗਿਆ, ਉਹਨੇ ਬੇਚਾਰੇ ਨੌਕਰੀ ਤਾਂ ਕਰਨੀ ਸੀ ਕਿਸੇ ਦੀ। ਨਹੀਂ ਹੁਣ ਮਾਰਿਆ ਕਿਉਂ ਹੈ ਜੀ? ਮਾਰਿਆ ਗੁੰਡਾ ਕਰਦੀ ਹੈਗੀ ਹੈ। ਕੌਣ ਬੰਦੇ ਕੌਣ ਨੇ ਜੀ? ਬੰਦੇ ਪਿੰਡ ਦੇ ਵੀ ਹੈਗੇ ਨੇ, ਸ਼ਹਿਰ ਦੇ ਵੀ ਹੈਗੇ ਨੇ, ਗੁੰਡੇ ਹੈਗੇ ਨੇ। ਰੰਜਿਸ਼ ਕੀ ਸੀਗੀ ਜੀ? ਰੰਜਿਸ਼ ਮਾੜਾ ਮੋਟਾ ਰਾਹ ਦਾ ਹੈਗਾ ਸੀ, ਰਾਹ ਬੰਦ ਕਰਦੇ ਇਹਨਾਂ ਵਿਚਾਰਿਆਂ ਦਾ, ਅੱਗ ਲੰਘਣ ਨਹੀਂ ਦਿੰਦੇ ਸੀ, ਤੇ ਇਹ ਵਿਚਾਰੇ ਸਿਆਣੇ ਸੀ, ਇਹ ਡਰਾਈ ਨੂੰ ਹੱਥ ਜੋੜਦੇ ਸੀ, ਅਸੀਂ ਨਹੀਂ ਲੜਨਾ ਕਿਸੇ ਨਾਲ, ਸਾਡੇ ਮੁੰਡੇ ਪੜ੍ਹੇ ਲਿਖੇ ਹੈਗੇ ਨੇ, ਨਿੱਕੇ ਨਿੱਕੇ ਜਵਾਕ ਨੇ। ਕਿਹੜੇ ਪਿੰਡ ਦਾ ਮੁੰਡਾ ਹੈ ਜੀ? ਇਹ ਪਿੰਡ ਹੈਗਾ ਰੇਤੇ ਦੀ ਪੈਣੀ ਦਾ। ਕੀ ਨਾਂ ਕੀ ਹੈ ਜੀ ਮੁੰਡੇ ਦਾ? ਨਾਂ ਮੁੰਡੇ ਦਾ ਕੀ ਹੈ? ਪੈਣਾ। ਅੱਛਾ, ਕਿੰਨੀ ਕੁ ਉਮਰ ਦਾ ਜੀ? ਉਮਰ ਛੋਟੀ ਜਿਹੀ ਉਮਰ ਦਾ ਹੈ, 20-22 ਸਾਲ ਦਾ ਹੈ, ਮਤਲਬ 22 ਸਾਲ ਤੋਂ ਘੱਟ ਹੈਗਾ। ਕੰਮ ਕੀ ਕਰਦਾ ਸੀ? ਕੰਮ ਮੇਰੇ ਤੇ ਟਾਈਮ ਡੁੱਬ ਗਿਆ, ਦਿਹਾੜੀ ਇੱਥੇ ਕਰਦਾ, ਨੌਕਰੀ ਲੱਗਿਆ ਸੀ, ਫਿਰ ਦੂਜੇ ਭਰਾ ਗਏ ਨੇ ਪਤਾ ਲੈਣ, ਉਹਨਾਂ ਨੂੰ ਰਾਹ 'ਚ ਵੜ ਕੇ ਉਹਨਾਂ ਨੂੰ ਸੱਟਾਂ ਲਾਈਆਂ ਨੇ ਇਹਨਾਂ ਨੇ, ਦਾਖਲ ਹੈਗੇ ਨਿੱਕੇ ਨਿੱਕੇ। ਕੀ ਮੰਗ ਕਰਦੇ ਜੀ? ਹੈ ਕੀ ਮੰਗ ਕਰਦੇ? ਮੰਗ ਕਰਦੇ ਇਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਤੁਰੰਤ ਦੀ, ਤੁਰੰਤ ਅੱਜ ਪੁਲਿਸ ਇਹਨਾਂ ਨੂੰ ਕੰਮ ਕੱਢ ਚਾਹੀਦਾ, ਜੇ ਨਹੀਂ ਆਉਂਦੇ ਨਾ ਤਾਂ ਬੁੜੀਆਂ ਬੰਦੇ ਚੱਕ ਕੇ ਲਿਆਉਣ, 2 ਘੰਟੇ ਦੇ ਵਿੱਚ ਵਿੱਚ। ਤੁਹਾਡਾ ਕੀ ਲੱਗਦਾ ਸੀ? ਮੇਰਾ ਕੁੜਮ ਦਾ ਮੁੰਡਾ ਸੀ। ਸਾਰੇ ਕਾਫੀ ਦਿਨ ਤਾਂ ਚੱਲਦਾ ਨੇ ਬਿਨਾਂ ਵਜ੍ਹਾ ਤੋਂ, ਅੱਗੇ 3-4 ਵਜੇ ਇਹਨਾਂ ਮੁੰਡਿਆਂ ਕੁੱਟਿਆ ਨੇ, ਡੈਡੀ ਕੁੱਟਿਆ, ਇਹ ਗੁੰਡੇ ਲੈ ਜਾਂਦੇ ਨੇ ਪਿੰਡ ਦੇ ਵਿੱਚ, ਇਹਨਾਂ ਇੱਕ ਫਾਰਕ ਦਹਿਸ਼ਤ ਬਣਾਈ ਪੂਰੀ ਗੈਂਗ ਦੀ, ਜਿਹੜੇ ਕਿ 40 ਗੁੰਡਾ ਗਿਆ ਸੀ ਅੱਜ ਤੋਂ ਪਹਿਲਾਂ 2 ਮਹੀਨੇ ਜੀ, ਸਾਡੇ ਡਿਪਟੀ ਸਾਹਿਬ ਦੀ ਨੌਲੇਜ 'ਚ ਹੈਗਾ, ਸਤਰ ਫਾਰਕ ਵੀ ਨੌਲੇਜ 'ਚ ਹੈਗਾ, ਰਾਮ ਸਿੰਘ ਨੂੰ ਫੈਰ ਮਜਬੂਰਾ ਹਵਾਈ ਕਰਨਾ ਪਿਆ, ਨਹੀਂ ਤਾਂ ਦਾ ਪਰਿਵਾਰ ਸਾਰਾ ਉਹਦਾ ਖਤਮ ਕਰ ਦੇਣਾ ਸੀ ਜੀ। ਉਸ ਦੀ ਵਜ੍ਹਾ ਨਾਲ ਇਹ ਰੰਜਸ ਰੱਖਦੇ ਆਏ ਨੇ, ਮੁੰਡਾ ਕੰਮ ਲੱਗਿਆ ਇੱਥੇ, ਅਤੇ ਉਹਨੂੰ ਬਾਹਰ ਖਿੱਚਿਆ ਨੇ, ਖਿੱਚ ਅਤੇ ਉਹਨੂੰ ਕਿੱਲਾ 1-40 ਕਰਮ ਉਹਨੂੰ ਮੋਟਰਸਾਈਕਲ ਬਿਠਾ ਕੇ ਲੈ ਗਿਆ, ਚੱਲੇ ਸੀਗੇ, ਵਿੱਚ ਇੱਕ ਮੁੰਡਾ ਉਹਦੇ ਨਾਲ ਹੋਰ ਸੀਗਾ, ਉਹਨੇ ਬਾਂਹ ਖਿੱਚਿਆ, ਅਸੀਂ ਸ਼ੇਰ ਮਾਰਦਾ ਥੱਲੇ ਡਿੱਗਿਆ, ਰਸਤਾ ਵੀ ਖਰਾਬ ਆ ਸੀ, ਡਿੱਗਿਆ ਉੱਥੇ ਇਹਨਾਂ ਕੁੱਟਮਾਰ ਕੀਤੀ ਪੂਰੀ ਤਸੱਲੀ ਇਹਨਾਂ ਕੀਤੀ, ਮਾਰ ਕੁੱਟ ਕੇ। ਜਿਹੜੇ 2 ਮੁੰਡੇ ਸੀ ਸਾਡੀ ਭਾਣਜੀ ਹੈ, ਉਹਨਾਂ ਦੀ ਬਰਾਤ ਆਈ ਹੋਈ ਸੀ ਪੰਜੇਕਿਆਂ ਤੋਂ, ਉਹ ਇੱਥੇ ਸ਼ਾਦੀ 'ਤੇ ਆਏ ਹੋਏ ਸੀਗੇ, ਉਹਨਾਂ ਨੇ ਇਹ ਗੁਲਾਬੇ ਵਾਲੇ ਮੁੰਡਿਆਂ ਨੇ ਫੋਨ ਕੀਤਾ, ਤੁਹਾਡੇ ਮੁੰਡੇ ਬਰਾਂ ਸੁੱਟਣ ਲੱਗ ਗਏ ਨੇ ਕਾਫੀ, ਹਵਾ ਦਾਖਲ ਕਰਾਈ, ਉਹ ਸਿਰਫ 10-15 ਮਿੰਟ ਬਾਅਦ ਆਏ ਨੇ, ਉਹ ਮੁੰਡੇ ਜਿਹੜੇ 4-2 ਆਏ ਨੇ, ਇਹਨਾਂ ਬਹੁਤ ਕੁੱਟਮਾਰ ਕੀਤੀ, ਅਗਰ ਜੇ ਯਕੀਨ ਹੋਵੇ ਤਾਂ ਠੀਕ ਹੈ, ਜੇ ਨਹੀਂ
ਅਤੇ ਕਟਾਰੀ ਘਰਾਂ ਦੇ ਕੋਲ ਜਾ ਕੇ ਇਹ ਪੁੱਛ ਪੜਤਾਲ ਕੀਤੀ ਜਾਵੇ। 15-16 ਮੁੰਡੇ ਸੀ ਜਿਹਨਾਂ ਕਿ ਬੁਰੀ ਤਰ੍ਹਾਂ ਕੁੱਟ ਕੇ ਮਾਰ ਕੇ ਸੱਟ ਤਲੇ ਸੀ। 4 ਲੇਡੀ ਜਨਾਨੀਆਂ ਨੇ ਜਿਹਨਾਂ ਹੱਥ ਪਾਉ ਕਰਕੇ ਉਹਨਾਂ ਛਡਾਇਆ ਅਤੇ ਉਹਨਾਂ ਦੀ ਜਾਨ ਬਖਸ਼ੀ ਦੋਵਾਂ ਦੀ। ਉਹ ਤੀਜਾ ਅੱਜ ਤੁਹਾਡੇ ਸਾਹਮਣੇ ਹੀ ਹੈ। ਇਹ ਤਿੰਨੋਂ ਭਰਾ ਹੀ ਸੀ? ਤਿੰਨੋਂ ਭਾਈ ਸੀ, ਗੋਰਖੂ ਬੰਦਾ ਹੀ ਸੀਗਾ। ਅੱਛਾ, ਮਤਲਬ ਕਿ ਇੱਕ ਦੀ ਹੁਣ ਮੌਤ ਹੋ ਗਈ ਹੈ ਜੀ? ਹਾਂ, ਦੋ ਫੱਟੜ ਨੇ ਜੀ। ਹਾਂਜੀ, ਦੋ ਫੱਟੜ ਨੇ। ਅੱਛਾ, ਇਹਦਾ ਕੀ ਨਾਂ ਹੈ ਜਿਹਦੀ ਮੌਤ ਹੋਈ ਹੈ? ਜਤਿੰਦਰ ਸਿੰਘ। ਉਮਰ ਕਿੰਨੀ ਸੀਗੀ ਜੀ? ਉਮਰ ਹੋਣੀ 25 ਕੋਈ, 21 ਸਾਲ ਸਰ। ਅੱਛਾ, ਕੰਮ ਕੀ ਕਰਦਾ ਸੀ? ਕੰਮ ਇਹਦਾ ਜੀ, ਜੋਬ ਕੀਤੀ ਇਹਨੇ ਮਾਸਟਰੀ ਦੀ। ਜਿਹੜਾ ਅੱਜ ਮੁੱਕਣ ਤੋਂ ਬਾਅਦ ਪ੍ਰਿੰਸੀਪਲ ਦਾ ਫੋਨ ਆ ਗਿਆ ਵੀ ਜਤਿੰਦਰ ਆਦੀ ਆਦੀ ਸੀਟ 'ਤੇ ਤੂੰ ਬਰਾਜਮਾਨ ਹੋ ਅਤੇ ਤੁਸੀਂ ਸੀਟ ਸੰਭਾਲ। ਉਸ ਤੋਂ ਬਾਅਦ ਮਾਸਟਰ ਪਤਾ ਲੱਗ ਗਿਆ। ਕਿੱਥੋਂ ਦੀ ਪੋਸਟ ਨਿਕਲੀ? ਇਹ ਸੀ ਇੱਥੇ ਨੂਪਗੜ੍ਹ ਸੁੱਟਗੜ੍ਹ ਦੀ ਹੈਗੀ ਸੀ, ਨਿਕਲੀ ਸੀ ਪੋਸਟ। ਜਦੋਂ ਮਾਸਟਰ ਟੈਲੀਫੋਨ ਕੀਤਾ ਸੀ ਆਜਾ ਤੁਹਾਡੀ ਸੀਟ ਕੱਖ ਸੰਭਾਲ, ਆਗੂ ਹੁੰਦੀ ਮੌਤ ਹੋ ਚੁੱਕੀ ਸੀ। ਕਿੰਨੇ ਦਿਨ ਇਲਾਜ ਚੱਲਿਆ ਜੀ? ਮੈਂ ਵੇਖ ਲਈ ਅੱਜ 31 ਤੋਂ ਅੱਜ 8-9 ਹੋ ਗਏ। ਇਹਨਾਂ ਨੂੰ ਕਿੰਨੇ ਦਿਨ ਹੋ ਗਏ ਸਰ? ਕੀ ਮਾਰਿਆ, ਕੀ ਇਹਨੇ ਹਮਲਾ ਕੀ ਕੀਤਾ? ਹਮਲਾ ਸਰ, ਤੁਸੀਂ ਤਾਂ ਸੁਣ ਕੇ ਹੈਰਾਨ ਹੋ ਜਾਓਗੇ। ਕਈਆਂ ਦੇ ਹੱਥ ਬਾਲ ਓਵੇ ਸਵਾਰ ਸਕਦੇ ਨੇ, ਕਈਆਂ ਦਾ ਥਰਾੜ, ਕਈਆਂ ਦਾ ਕਿਰਪਾਨਾ, ਕਈਆਂ 'ਚ ਕਾਪੇ, ਦੋ ਕੋਲ ਪਿਸਤਲ ਸੀਗੇ ਜਿਹੜਾ ਮੁੰਡਿਆਂ ਨੂੰ ਨੱਪ ਕੇ ਅਤੇ ਉੱਤੇ ਸੀਨੇ ਰੱਖ ਕੇ ਅਤੇ ਉਹਨੂੰ ਹੱਲਾ ਨਹੀਂ ਕੁੰਨ ਦਿੱਤਾ। 4-5 ਬੰਦੇ ਚੜ੍ਹੇ ਰਹੇ, ਪੈਰ ਫੜ ਰੱਖੇ ਨੇ, ਉਹਨੂੰ ਛਾਤੀ ਨੱਪੀ ਰੱਖੀ ਨੇ, ਪਸਤੌਲ 'ਤੇ ਕੰਨੀ 'ਤੇ ਰੱਖ, ਇੱਥੇ ਪਤਾਲੂਆਂ 'ਤੇ ਸੱਟਾਂ ਮਾਰਦੇ ਨੇ। ਬਹੁਤ ਬੁਰੀ ਹਾਲਾਤ ਨਾਲ ਮਾਰਿਆ ਸਾਰੇ ਨਾਲ, 12-13 ਬੰਦੇ ਨੇ। ਉਹਨਾਂ ਦੇ ਵੀ ਫੱਟੜ ਹੋਏ ਸੀਗੇ ਕਹਿੰਦੇ? ਕੋਈ ਪਰਚਾ ਦਰਜ ਹੋਇਆ ਸੀਗਾ? ਨਹੀਂ ਜੀ, ਉਹ ਪਰਚਾ ਜਾਲੀ ਸੱਟਾਂ ਮਾਰ ਕੇ ਆਏ ਨੇ ਜੀ, ਕੋਈ ਪਰਚਾ ਦਰਜ ਨਹੀਂ, ਕੋਈ ਨਾ ਲੜਨਾ ਬੰਦਾ। ਜਿਸ ਬੰਦਾ ਕਿਹੜੇ ਪਿੰਡ ਦਾ ਸੀਗਾ ਮੁੰਡਾ ਜੀ? ਰਿਆਤੇ ਵਾਲੇ ਪਿੰਡ ਹੈ ਜੀ। ਠੀਕ ਹੈ, ਤੁਹਾਡਾ ਕੀ ਨਾਂ ਜੀ? ਮੇਰਾ ਸਲਾਹ ਬਚਨ ਸਿੰਘ ਜੀ। ਕੀ ਮੰਗ ਕਰਦੇ ਹੋ? ਅੱਜ ਤਾਂ ਮੰਗ ਸਰਕਾਰ ਤੋਂ ਹੀ ਕਰਨੇ, ਔਰ ਸਿਵਲ ਜੱਜ ਤੋਂ ਵੀ ਅਸੀਂ ਅਤੇ ਮੰਗ ਕਰਨੇ ਵੀ ਇਹ ਜਿਹੜੇ ਫਾਲਕਾ ਦੇ ਵਿੱਚ ਅੱਗ ਗੱਤੀ ਹੋਈ ਸਰ, ਜੇ ਕੁੱਤੇ ਅੰਸਰ ਨੇ ਜਿਹਨਾਂ ਹਰ ਜਗ੍ਹਾ 'ਚ ਲੜਾਈ ਕਰਦੇ ਨੇ, ਹਰ ਮੋੜ 'ਤੇ ਇਹਨਾਂ ਦੀ ਲੜਾਈ ਹੈ। ਅੱਜ ਨਹੀਂ, ਕਈ ਨਾਲ ਲੜਾਈਆਂ ਹੋਈਆਂ ਨੇ, ਪਹਿਲਾਂ ਵੀ ਲੜਾਈਆਂ। ਇਹਨਾਂ ਨੂੰ ਮੌਤ ਦੀ ਸਜ਼ਾ ਚਾਹੀਦੀ, ਇਸ 'ਤੇ ਹੀ ਮੰਗ ਕਰਨਾ ਸਰਕਾਰ ਤੋਂ। ਜੇ ਛੱਡੇ ਜਾਣ ਤਾਂ ਫਿਰ ਅਸੀਂ ਤਿਆਰ ਹੈਗੇ। ਹਾਂਜੀ, ਛੁਡਾਉਣ ਗਏ, ਮਤਲਬ ਨਹੀਂ ਛੁਡਾਉਣ ਨਹੀਂ ਗਏ ਸੀ, ਅਸੀਂ ਐਡਮਿਟ ਕਰਾਉਣ ਆਉਂਦੇ ਸੀ ਸਾਡੇ ਬ੍ਰਦਰ ਨੂੰ। ਅੱਛਾ ਜੀ। ਹਾਂਜੀ, ਉਹ ਰਸਤੇ 'ਚ ਫਿਰ ਉਹਨਾਂ ਨੇ ਵੱਲ ਲਿਆ ਸੀ ਤੁਹਾਨੂੰ ਜੀ? ਹਾਂਜੀ। ਤੁਸੀਂ ਕੌਣ ਕੌਣ ਸੀਗੇ ਜੀ? ਅਸੀਂ ਦੋਨੋਂ ਬ੍ਰਦਰ ਸੀ ਜਤਿੰਦਰ ਅਤੇ ਮੈਂ। ਅੱਛਾ, ਹਾਂਜੀ। ਅਤੇ ਕਿੰਨੇ ਬੰਦਿਆਂ ਨੇ ਫਿਰ ਤੁਹਾਨੂੰ ਸੱਟਾਂ ਮਾਰੀਆਂ ਜੀ? 16 ਬੰਦੇ ਹੈਗੇ ਸੀ। ਅੱਛਾ, ਤੁਹਾਡੇ 'ਤੇ ਵੀ ਹਮਲਾ ਉਹਨਾਂ ਨੇ ਕੀਤਾ? ਹਾਂਜੀ ਹਾਂਜੀ। ਅਤੇ ਰੰਜਿਸ਼ ਕੀ ਬਣੀ, ਕੀ ਕਾਰਨ ਕੀ ਬਣੀ? ਕੋਈ ਨਹੀਂ, ਦੱਸਿਆ ਸੀ ਪਹਿਲਾਂ ਜਿਵੇਂ ਅਤੇ ਮੁੰਡਿਆਂ ਦੇ ਨਾਮ ਹੈਗੇ ਆ, ਕੋਈ ਸ਼ਿਵਾ ਇੱਕ ਮੁੰਡਾ ਹੈਗਾ, ਇੱਕ ਬੋਬੀ ਮੁੰਡਾ ਹੈਗਾ, ਇੱਕ ਅਨਮੋਲ ਹੈਗਾ, ਇੱਕ ਸੁਖਦੇਵ ਸਿੰਘ ਹੈਗਾ ਬੱਕੂ ਸ਼ਾਹ ਦਾ, ਉਹਦੀ ਚਾਹ 'ਤੇ ਸਾਰਾ ਕੰਮ ਹੁੰਦਾ। ਇਹ ਕਿਸ ਚੀਜ਼ ਨਾਲ ਹਮਲਾ ਕੀਤਾ ਗਿਆ ਸੀਗਾ ਤੁਹਾਡੇ 'ਤੇ? ਕਿਸ ਕਾਪੇ ਰਾੜਾ ਨਾਲ? ਅੱਛਾ, ਅਤੇ ਇਹ ਜਿਹਦੀ ਮੌਤ ਹੋਈ ਉਹਦੇ ਉੱਤੇ ਕਿਹਦੇ ਨਾਲ ਵਾਰ ਸੀਗਾ ਜੀ? ਹਾਂਜੀ, ਜਿਹਦੇ ਮੌਤ ਹੋਈ ਹੈ ਉਹਦੇ ਉੱਤੇ ਕਿਹਦੇ, ਕਿਸ ਚੀਜ਼ ਦੇ ਵਾਰ? ਅੱਛਾ, ਅਤੇ ਉਹ ਜਿਹੜੇ ਪਿੰਡ ਵਾਲੇ ਹੈਗੇ ਸੀ, ਸੁਨੀਲ ਸਿੰਘ ਹੈਗਾ ਸੀ, ਬਲਵੰਤ ਸਿੰਘ ਹੈਗਾ ਸੀ, ਰੋਹਿਤ ਸਿੰਘ, ਔਰ ਮਨਜੀਤ ਸਿੰਘ, ਬਲਜੀਤ ਸਿੰਘ, ਰਾਜਵਿੰਦਰ ਸਿੰਘ ਹੈਗਾ ਸੀ, ਕਰਨੈਲ ਸਿੰਘ ਹੈਗਾ ਸੀ, ਪਿੰਡ ਦੇ ਸੀ ਇਹ ਸਾਰੇ, ਰੇਤੇ ਵਾਲੀ ਪੈਣੀ ਦੇ ਹੈਗੇ ਸੀ, ਕਰਨੈਲ ਸਿੰਘ ਹੈਗਾ ਸੀ, ਸਵਰਨ ਸਿੰਘ। ਸ਼ਹਿਰ ਮਤਲਬ ਕਿ ਸ਼ਹਿਰ 'ਚ ਹੀ ਹਮਲਾ ਹੋਇਆ? ਹਾਂਜੀ ਹਾਂਜੀ, ਸ਼ਹਿਰ 'ਚ ਹੀ ਹੋਇਆ। ਰੌਲਾ ਤੁਹਾਡਾ ਪਿੰਡ ਪਿਆ ਸੀਗਾ? ਹੁਣ ਨਹੀਂ ਪਿਆ ਸੀ, ਪਹਿਲਾਂ ਕੁਛ 2 ਮਹੀਨੇ ਪਹਿਲਾਂ ਕੁਛ। ਅੱਛਾ ਅੱਛਾ ਅੱਛਾ, ਹੁਣ ਕੀ ਮੰਗ ਕੀ ਕਰਦੇ ਹੋ ਜੀ? ਇਨਸਾਫ ਦੀ ਮੰਗ ਕਰਦੇ ਆ, ਸਖਤ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ, ਇਹਨਾਂ ਫਾਂਸੀ ਸਜ਼ਾ ਦਿੱਤੀ ਜਾਵੇ ਇਹਨਾਂ ਲੋਕਾਂ ਨੂੰ, ਤਾਂ ਇੱਥੇ ਠੰਡ ਪਏਗੀ। ਠੀਕ। 2 ਤਰੀਕ ਨੂੰ ਥਾਣੇ ਇੱਥੋਂ ਸਾਡੇ ਥਾਣੇ ਸ੍ਰੀ ਫਾਜ਼ਿਲਕਾ ਸਿਵਲ ਹਸਪਤਾਲ ਤੋਂ ਤਲਾਬ ਵਸੂਲ ਹੋਈ ਸੀ, ਕੋਈ ਬੰਦੇ ਲੜਾਈ ਕਰਕੇ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਦਾਖਲ ਹੋਏ। ਉੱਥੇ ਸਾਡੇ IO ਨੇ ਸਿਵਲ ਹਸਪਤਾਲ ਪੁੱਜ ਕੇ ਸਰਬਜੀਤ ਸਿੰਘ ਦਾ ਬਿਆਨ ਲਿਖ ਕੇ ਅਤੇ ਕ੍ਰੋਸ ਦੋਨਾਂ ਤਰ੍ਹਾਂ ਦੇ ਦਾਖਲ ਹੋਏ, ਇੱਕ ਪਾਸੇ 3 ਬੰਦੇ ਦਾਖਲ ਹੋਏ, ਇੱਕ ਪਾਸੇ 2 ਬੰਦੇ ਦਾਖਲ ਹੋਏ ਸੀ।
ਉਹਨਾਂ ਦਾ ਬਿਆਨਾਂ ਦਾ ਆਧਾਰ 'ਤੇ ਐਫ ਆਈ ਆਰ ਨੰਬਰ 11 ਥਾਣਾ ਸਿਟੀ ਫਾਜ਼ਿਲਕਾ ਵਿੱਚ 323, 324, 149 ਵਿੱਚ ਦਰਜ ਕੀਤੀ ਸੀ। ਉਹਨਾਂ 'ਚੋਂ ਜਿਹੜੇ ਇੱਕ ਪਾਰਟੀ ਦੇ 3 ਬੰਦੇ ਦਾਖਲ ਸੀ, ਉਹਨਾਂ 'ਚੋਂ ਇੱਕ ਬੰਦੇ ਦੀ ਅੱਜ ਸਵੇਰੇ ਜਿਹੜਾ ਗੰਗਾਨਗਰ ਇੱਥੋਂ ਲਾਜਵਾਜ਼ ਰੈਫਰ ਕਰਤਾ ਸੀ, ਉਹਦੀ ਡੈਥ ਹੋ ਗਈ ਉਹਨਾਂ ਸੱਟਾਂ ਕਰਕੇ। ਉਹ 'ਚ ਸਾਡੇ ਵੱਲੋਂ ਥਾਣੇ ਸਿਟੀ ਫਾਜ਼ਿਲਕਾ ਵਿੱਚ ਉਸ ਮੁਕੱਦਮੇ 'ਚ 302 ਦਾ ਵਾਅਦਾ ਕੀਤਾ ਗਿਆ, ਵਾਅਦਾ ਕਰਕੇ ਅਤੇ ਉਹਦਾ ਪੋਸਟਮਾਰਟਮ ਕਰਾਇਆ ਜਾਏ। ਝਗੜੇ ਦਾ ਕਾਰਨ ਕੀ ਸੀ? ਝਗੜੇ ਸੀ ਇਹਨਾਂ ਦੋਨਾਂ ਤਰ੍ਹਾਂ ਆਪੇ 'ਚ ਰਿਸ਼ਤੇਦਾਰ, ਕੋਈ ਜ਼ਮੀਨ ਦਾ, ਕੋਈ ਰਸਤੇ ਰੁਸਤੇ ਦੇ ਨਾਲ ਆਪੇ 'ਚ ਝਗੜਾ ਪੁਰਾਣਾ ਚੱਲਦਾ ਕਰ ਜੀ। ਦੂਜੀ ਧਿਰ ਹੈ ਜੀ ਦਾਖਲ ਹੈ ਜੀ, ਜਿਹੜੀ ਦੂਜੀ ਧਿਰ ਜਿਹੜੀ ਦਾਖਲ ਸੀ ਉਹ ਵੀ ਛੁੱਟੀ ਲੈ ਗਈ ਇੱਥੋਂ। ਅੱਛਾ ਜੀ, ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੇ ਮਾਮਲੇ ਨੂੰ? ਪੂਰੇ ਮਾਮਲੇ ਦੋਨੇ ਤਰ੍ਹਾਂ ਆਪਣੇ ਇਰਾਦੇ ਕਰਕੇ ਲੜੀ ਹੈ। ਸਾਡੇ ਵੱਲੋਂ ਦੋਨਾਂ ਧਿਰਾਂ ਦਾ ਬਿਆਨ ਲੈ ਕੇ ਆਲਰੇਡੀ ਪਹਿਲੋਂ ਮੁਕੱਦਮਾ ਦਰਜ ਕੀਤਾ ਗਿਆ। ਅੱਜ ਜਿਹੜਾ ਇਲਾਜ ਦੇ ਅਧੀਨ ਇੱਕ ਬੰਦਾ ਲਾਸਟ ਸੀ, ਸੱਟਾਂ ਕਰਕੇ ਦਾਖਲ ਸੀ, ਉਹਦੀ ਡੈਥ ਹੋ ਗਈ। ਉਹਦੇ ਦੌਰਾਨ ਅਸੀਂ 302 ਦਾ ਵਾਅਦਾ ਕੀਤਾ ਗਿਆ, ਸਾਡੇ ਵੱਲੋਂ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾ ਰਹੀ ਹੈ ਅਤੇ ਆਲਰੇਡੀ ਅਸੀਂ ਛੇਤੀ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਇਹਦੇ ਮੁਕੱਦਮੇ 'ਚ। ਕਿੰਨੀ ਥਾਂ ਦਾ ਰੋਲਾ ਸੀਗਾ ਜੀ ਇਹਨਾਂ ਨੂੰ? ਜ਼ਮੀਨ ਦਾ ਕੋਈ ਰਸਤਾ, ਦੋ ਕਰਮ ਦਾ ਜ਼ਮੀਨ ਨੂੰ ਰਸਤਾ ਜਾਂਦਾ, ਉਹ ਕਹਿੰਦੇ ਰਸਤਾ ਜਾਂਦਾ, ਇੱਕ ਪਾਰਟੀ ਕਹਿੰਦੇ ਰਸਤਾ ਨਹੀਂ ਜਾਂਦਾ ਹੈਗਾ। ਇਹਨਾਂ ਦੇ ਕਿੰਨੇ ਬੰਦੇ ਦਾਖਲ ਹੋਏ ਸੀਗੇ ਜੀ ਹਸਪਤਾਲ ਦੇ? ਜਿਸ ਪਾਰਟੀ ਦਾ ਬੰਦਾ ਮਰਿਆ ਇਹਨਾਂ ਦੇ 3 ਬੰਦੇ ਦਾਖਲ ਹੋਏ ਸੀ, ਦੂਸਰੀ ਪਾਰਟੀ ਦੇ 2 ਬੰਦੇ ਦਾਖਲ ਹੋਏ ਸੀ। ਇਹਦੇ ਨੌਜਵਾਨ ਦਾ ਨਾਂ ਕੀ ਹੈ ਜੀ, ਕਿੰਨੀ ਕੁ ਉਮਰ ਦਾ ਸੀ? ਇਹ ਜਤਿੰਦਰ ਸਿੰਘ ਹੈਗਾ, ਕਰੀਬ ਹੈਗਾ 25-26 ਸਾਲ ਦੀ ਉਮਰ ਦਾ ਹੈਗਾ। ਕਿੱਥੋਂ ਦਾ ਮਾਮਲਾ, ਕਿੱਥੋਂ ਦਾ ਜੀ? ਇਹ ਲੜੇ ਥਾਣੇ ਸਿਟੀ ਫਾਜ਼ਿਲਕਾ ਦੇ ਏਰੀਆ 'ਚ ਰਹਿਣ ਵਾਲੇ, ਵੈਸੇ ਬੇਸਿਕਲੀ ਰੇਤੇ ਵਾਲੀ ਪਿੰਡ ਪੈਂਦਾ ਥਾਣੇ ਸਦਰ ਫਾਜ਼ਿਲਕਾ 'ਚ। ਮਤਲਬ ਰਾਹ 'ਚ ਹਮਲਾ ਹੋਇਆ ਜੀ? ਨਹੀਂ, ਇੱਥੇ ਸਿਟੀ ਫਾਜ਼ਿਲਕਾ ਦੇ ਏਰੀਆ 'ਚ ਲੜੇ ਆ। ਅੱਛਾ, ਕਾਰਨ ਉਹੀ ਸੀ? ਕਾਰਨ ਉਹੀ ਸੀਗਾ ਜੀ, ਕਾਰਨ ਪੁਰਾਣਾ ਇਹਨਾਂ ਦਾ ਆਪ 'ਚ ਰਸਤੇ ਨੂੰ ਲੈ ਕੇ, ਆਪ 'ਚ ਰਿਸ਼ਤੇਦਾਰ ਹੈਗੇ ਪੁਰਾਣੇ ਅਤੇ ਬਾਕੀ ਇਹਨਾਂ ਦਾ ਰਸਤੇ ਨੂੰ ਲੈ ਕੇ ਇਹ ਕਾਰਨ ਆ। ਹੁਣ ਦੀ ਤਫਤੀਸ਼ 'ਚ ਕੀ ਸਾਹਮਣੇ ਆਇਆ ਜੀ ਹੁਣ ਤੱਕ ਦੀ? ਸਾਡੇ ਵੱਲੋਂ ਇਹ ਮਤਲਬ ਜਿਹੜਾ ਬਣਦੀ ਕਾਰਵਾਈ ਪੁਲਿਸ ਵੱਲੋਂ ਆਲਰੇਡੀ ਪਹਿਲਾਂ ਵੀ ਕੀਤੀ ਗਈ ਅਤੇ ਹੁਣ ਵੀ ਜਿਹੜੀ ਕਾਰਵਾਈ ਬਣਦੀ ਕੀਤੀ ਜਾ ਰਹੀ ਹੈ। ਠੀਕ ਹੈ।